कि तुसी सारे जानते हो कि किसान मारू बिल जो पास किए गए हैं लगातार किसान संघर्ष करते आ रहे हैं कई महीनों तो दिल्ली में किसान डटे ने इस तरह पंजाब के अंदर भी जगह जगह धरने लगा के अपना प्रदर्शन किया जा रहा है। इस दे तहत अज बटाला कादियों वाली चुंगी ते वड्डे पद्धर ते किसानों ने शांतमय तरीके नाल धरना दिता है जो अज 12 बजे तो लेके 3 बजे तक दी बंद की कॉल दी सी वो संपूर्ण तौर पर वह निभा रहे हैं अते शांतमय तरीके नाल अपना प्रदर्शन कर रहे हैं। देखते रहो चैनल इंडिया क्राइम न्यूज़। मोदी सरकार मुर्दाबाद, मोदी सरकार मुर्दाबाद, केंद्र सरकार मुर्दाबाद, साडे भाईचारे च फुट पाउण वाली सरकार मुर्दाबाद, मुर्दाबाद, मुर्दाबाद। इत्थे बैठण दा की मकसद है, की सपोर्ट करना चाहुंदे तुसीं? जिहड़े सरकार ने काले कानून बनाए आ, जिहड़े किसान दे बिल्कुल विरुद्ध ने, कल्ले किसान दे विरुद्ध ही नहीं है, ये मजदूर दे जिहड़ा व्यापारी वर्ग है, ये सारिआं दे विरुद्ध ने। ਜਿਹੜੇ ਸਿਰਫ 2-4 ਘਰਾਣਿਆਂ ਵਾਸਤੇ ਇਹਨਾਂ ਨੇ ਇਹ ਕਾਨੂੰਨ ਲੈ ਕੇ ਆਏ ਨੇ, ਜਿਹੜਾ ਕਿਸਾਨ ਬਿਲਕੁਲ ਇਸ ਕਾਨੂੰਨਾਂ ਦੇ ਤਹਿਤ ਇੱਕ ਦਿਨ ਬਰਬਾਦ ਹੋ ਜਾਏਗਾ, ਪਹਿਲਾਂ ਹੀ ਬਰਬਾਦ ਹੈ। ਪਹਿਲਾਂ ਹੀ ਕਿਸਾਨ ਦੇ ਪੱਲੇ ਕੁਛ ਨਹੀਂ, ਹਰ ਕਿਸਾਨ ਜਿਹੜਾ ਖੇਤੀ ਕਰਨ ਵਾਲਾ ਉਹ ਕਰਜ਼ਾਈ ਹੈ। ਸੋ ਕਿਸਾਨਾਂ ਨੇ ਪਹਿਲਾਂ ਰੇਲਾਂ ਦੇ ਧਰਨੇ ਦਿੱਤੇ ਨੇ ਕਿ ਇਹਨਾਂ ਕਾਨੂੰਨਾਂ ਦੇ ਖਿਲਾਫ਼, ਕਿ ਭਾਈ ਇਹ ਸਾਡੇ ਹਿੱਤ ਦੇ ਵਿੱਚ ਨਹੀਂ ਹੈ, ਇਹਨਾਂ ਨੂੰ ਵਾਪਸ ਲੈ ਲਓ, ਇਹਨਾਂ ਨੂੰ ਵਾਪਸ ਲੈ ਲਓ। ਫਿਰ ਜਦੋਂ ਇੱਥੇ ਵੀ ਸਰਕਾਰ, ਕੇਂਦਰ ਸਰਕਾਰ ਨੇ ਸੁਣੀ ਨਹੀਂ ਅਤੇ ਦਿੱਲੀ ਜਾ ਕੇ ਧਰਨੇ ਲਾਏ ਨੇ, ਅੱਜ 2.5 ਮਹੀਨੇ ਹੋ ਗਏ ਨੇ ਦਿੱਲੀ ਧਰਨਿਆਂ 'ਤੇ ਬੈਠਿਆਂ ਨੂੰ, ਕੋਈ ਵੀ ਕੇਂਦਰ ਸਰਕਾਰ ਇਸ ਦੇ ਬਾਬਤ ਕੋਈ ਗੱਲ ਸੁਣ ਕੇ ਰਾਜ਼ੀ ਨਹੀਂ। ਕੋਈ 200 ਦੇ ਨੇੜ ਸਾਡਾ ਕਿਸਾਨ ਮਜ਼ਦੂਰ ਜਿਹੜਾ ਉੱਥੇ ਸ਼ਹੀਦ ਹੋ ਚੁੱਕਾ, ਉਹ ਵਾਪਸ ਜਿਹੜਾ ਇੱਥੇ ਲਾਸ਼ਾਂ ਜਿਹੜੀਆਂ ਨੇ ਪੰਜਾਬ ਨੂੰ, ਹਰਿਆਣੇ ਨੂੰ ਵਾਪਸ ਆਈਆਂ ਨੇ, ਪਰ ਫਿਰ ਵੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕੀ। ਸਰਕਾਰ ਹੰਕਾਰੀ ਹੋ ਚੁੱਕੀ ਹੈ। ਅੱਜ ਜਿਹੜੀ ਕਾਲ ਸੀ 12 ਵਜੇ ਤੋਂ ਲੈ ਕੇ 3 ਵਜੇ ਤੱਕ, ਕਿ ਕਿਤੇ ਨਾ ਕਿਤੇ ਕੋਈ ਇਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਸਕੇ, ਵੀ ਅਸੀਂ ਇਹ ਸਰਕਾਰ ਨੂੰ ਪਤਾ ਲੱਗੇ ਵੀ ਸਾਰਾ ਕਿਸਾਨ, ਭਾਵੇਂ ਉਹ ਕਿਸੇ ਵੀ ਵਰਗ ਦਾ, ਭਾਵੇਂ ਉਹ ਹਰਿਆਣਾ, ਯੂਪੀ ਹੈ, ਪੰਜਾਬ ਹੈ, ਰਾਜਸਥਾਨ ਹੈ, ਮੱਧ ਪ੍ਰਦੇਸ਼ ਹੈ, ਭਾਵੇਂ ਉਹ ਪੱਛਮੀ ਉੱਧਰੋਂ ਉਸ ਪਾਸੇ ਤੋਂ ਦੱਖਣੀ ਤੋਂ ਆਉਂਦੇ ਨੇ, ਸਾਰੇ ਇੱਕਜੁੱਟ ਨੇ। ਸੋ ਉਹਨਾਂ ਦੇ, ਇਸ ਕਿਸਾਨਾਂ ਦੇ ਹਿੱਤ ਦੇ ਵਿੱਚ ਵੀ ਆਪਾਂ ਇਹ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਉੱਤੇ ਦਬਾਅ ਪਵੇ, ਇਸ ਕੇਂਦਰ ਸਰਕਾਰ 'ਤੇ, ਇਸ ਹੰਕਾਰੀ ਸਰਕਾਰ ਦੇ ਉੱਤੇ, ਤਾਂ ਕਿ ਇਹ ਕਾਨੂੰਨ ਵਾਪਸ ਲੈਣ। ਅੱਜ ਉਸ ਕਾਲ ਦੇ ਤਹਿਤ ਜੋ ਕਿਸਾਨ ਜਥੇਬੰਦੀਆਂ ਨੇ ਦਿੱਤੀ ਸੀ, ਉਹਨਾਂ ਨੂੰ ਅਸੀਂ ਸਾਰੇ ਹਮਾਇਤ ਕਰਦੇ ਹੋਏ ਇੱਥੇ ਧਰਨਾ ਲਾ ਕੇ ਬੈਠੇ। ਅਤੇ ਜਸਪ੍ਰੀਤ ਸਿੰਘ ਸ਼ਹਿਰ ਬਟਾਲੇ ਤੋਂ, ਦਿੱਲੀ ਸੰਘਰਸ਼ ਜੋ ਆਪਣਾ ਚੱਲ ਰਿਹਾ ਉਹਨੂੰ ਸਮਰਪਿਤ 4 ਲਾਈਨਾਂ ਮੈਂ ਖੁਦ ਲਿਖੀਆਂ, ਉਹ ਮੈਂ ਬੋਲਣੀਆਂ ਚਾਹਾਂਗਾ, ਕੇਂਦਰ ਸਰਕਾਰ ਤੱਕ ਜ਼ਰੂਰ ਪਹੁੰਚਾਉਣੀਆਂ ਚਾਹਾਂਗਾ। ਕਹਿੰਦਾ ਤੁਸੀਂ ਕਰ ਲਓ ਜਿੰਨਾ ਵੀ ਜ਼ੁਲਮ ਕਰਨਾ, ਅਸੀਂ ਭਾਜੀ ਦੁੱਗਣੀ ਮੋੜਾਂਗੇ, ਜਿਹੜਾ ਚੱਕੀ ਫਿਰੇ ਹੰਕਾਰ ਮੋਦੀ ਰੱਖ ਧੌਂ 'ਤੇ ਗੋਡਾ ਤੋੜਾਂਗੇ। ਇਹਨੇ ਦਬਣਾ ਨਹੀਂ ਪੰਜਾਬ, ਆ ਨਾ ਝੁੱਕ ਕੇ ਜਿਉਂਦੇ ਸ਼ੇਰ ਬਈ, ਤੇਰਾ ਦਿੱਲੀ ਨੱਪੀ ਬੈਠੇ ਹਾਂ, ਹੁਣ ਜਿੱਤ ਸਾਡੀ ਵਿੱਚ ਦੇਰ ਨਹੀਂ, ਹੁਣ ਜਿੱਤ ਸਾਡੀ ਵਿੱਚ ਦੇਰ। ਮੇਰਾ ਨਾਮ ਕਨਵਰ ਪ੍ਰਤਾਪ ਸਿੰਘ ਸਿੱਧੂ ਹੈ ਅਤੇ ਮੈਂ ਬਟਾਲੇ ਦਾ ਰਹਿਣ ਨਿਵਾਸੀ ਹਾਂ। ਅੱਜ ਮੈਂ ਇੱਕ ਕਵਿਤਾ ਲਿਖੀ ਹੈ ਜੋ ਕਿ ਕਿਸਾਨਾਂ ਦੇ ਉੱਤੇ ਹੈ। ਕਦੇ ਸੋਕੇ ਦੀ ਅਤੇ ਕਦੇ ਮੀਂਹ ਦੀ ਮਾਰ, ਕਰਜ਼ੇ ਕਰਕੇ ਸੁੱਤਾ ਨਾ ਉਹ ਦਿਨ ਵਿਚਾਰ, ਦੇਖੋ ਲੋਕੋ ਕਿੰਨੀ ਜ਼ਾਲਮ ਆ ਸਰਕਾਰ, ਇੰਨੇ ਕਾਲੇ ਕਾਨੂੰਨਾਂ ਕਰਕੇ ਉਹਨਾਂ ਛੱਡਿਆ ਘਰ ਬਾਰ, ਸਰਕਾਰ ਨੇ ਟੀਅਰ ਗੈਸ ਦੇ ਗੋਲੇ ਸੁੱਟੇ ਵਾਰ ਵਾਰ, ਠੰਡ 'ਚ ਕਰਦੀ ਪਾਣੀ ਦੀ ਬੁਛਾਰ, ਕਈ ਪੁੱਤ ਗਏ ਗਵਾਚੇ ਅਤੇ ਕਈ ਗਏ ਆਪਣੇ ਜਾਨਾਂ ਵਾਰ। ਕਿਸਾਨ ਮਜ਼ਦੂਰ ਏਕਤਾ ਧਰਨੇ ਦੇ ਵਿੱਚ ਸਾਡੇ ਨਾਲ ਬੈਠੇ ਨੇ ਸਾਡੇ ਆ ਬਜ਼ੁਰਗ, ਜਿਨ੍ਹਾਂ ਦੀ ਉਮਰ ਲਗਭਗ 70 ਸਾਲ ਦੇ ਕਰੀਬ ਹੈ, ਜਿੱਦਾਂ ਦਿੱਲੀ ਅੰਦਰ ਵੀ ਕਾਫੀ ਬਜ਼ੁਰਗ ਉੱਥੇ ਪਹੁੰਚੇ ਹਨ, ਜਿਨ੍ਹਾਂ ਨੇ ਆਪਣੇ ਹੱਕਾਂ ਵਾਸਤੇ ਹਾਰ ਦਾ ਨਾਰਾ ਮਾਰਿਆ ਹੈ। ਆਓ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਕਿੱਦਾਂ ਦੀ ਸਪੋਰਟ ਕਰ ਰਹੇ ਹਨ ਇਸ ਧਰਨੇ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਵੱਲੋਂ ਕਿੱਦਾਂ ਦੀ ਸਪੋਰਟ ਹੋ ਰਹੀ ਹੈ, ਕਿਉਂਕਿ ਔਰਤਾਂ ਦੇ ਸਪੋਰਟ ਤੋਂ ਬਿਨਾਂ ਮਰਦ ਕੋਈ ਵੀ ਕੰਮ ਨਹੀਂ ਕਰ ਸਕਦੇ, ਇਹ ਤਾਂ ਫਿਰ ਹੱਕਾਂ ਦੀ ਲੜਾਈ ਹੈ। ਸਪੋਰਟ ਸਾਡੀ ਵੇਖੋ ਜੀ, ਜਦ ਸਾਨੂੰ ਉਹਨਾਂ ਮਾਰ ਕੇ ਰੱਖ ਦਿੱਤਾ ਆ, ਅਸੀਂ ਉੱਥੇ ਕਰਾਂਗੇ ਕੀ? ਸਾਡੀ ਕਿਸਾਨੀ ਮਾਰ ਕੇ ਰੱਖ ਦਿੱਤੀ ਉਹਨਾਂ ਨੇ, ਅਸੀਂ ਕਿਸਾਨੀ 'ਚ ਜੰਮੇ, ਕਿਸਾਨੀ 'ਚ ਪਲੇ, ਕਿਸਾਨੀ 'ਚ ਵੱਡੇ ਹੋਏ, ਇਹ ਸਾਡੀ ਮਾਂ ਧਰਤੀ ਖੋਣ ਲੱਗ ਗਏ ਆ, ਹੁਣ ਅਸੀਂ ਤਾਂ ਆਪਣੀ ਉਮਰ ਲੰਘਾ ਲਈ, ਹੁਣ ਸਾਡੇ ਬੱਚੇ ਗੜ ਕੀ ਖਾਣਗੇ? ਉਸੇ ਵਾਸਤੇ ਅਸੀਂ ਗੁੱਸੇ ਦੇ ਵਿੱਚ ਆਣ ਕੇ ਸਰਕਾਰ ਦੇ ਵਿਰੁੱਧ ਨਾਰੇ ਲਾ ਕੇ ਬੈਠੇ ਹਾਂ ਅਸੀਂ, ਵੀ ਸਾਡਾ ਕਿਸ ਤਰ੍ਹਾਂ ਗੱਲ ਮੰਨੇ। ਫਿਰ ਉਹ ਕਹਿੰਦੇ ਆ ਵੀ ਤੁਸੀਂ ਤਿਰੰਗੇ ਦੀ ਜਿੱਤ ਨਹੀਂ ਕਰਦੇ, ਉਹਨਾਂ ਨੂੰ ਕੀ ਪਤਾ ਤਿਰੰਗਿਆਂ ਦੀ ਜਿੱਤ ਕਿਹੋ ਜਿਹੀ ਹੁੰਦੀ ਆ, ਜਦੋਂ ਸਾਡੇ ਫੌਜੀ ਮਰ ਕੇ ਇਹਨਾਂ 'ਚ ਵਲੇਟ ਕੇ ਘਰ ਆਉਂਦੇ ਆ, ਉਹਨਾਂ ਮਾਵਾਂ ਨੂੰ ਅਤੇ ਉਹਨਾਂ ਘਰਾਂ ਨੂੰ ਪਤਾ ਲੱਗਦਾ ਵੀ ਇੱਥੇ ਕਿੱਦਾਂ ਕੀ ਵਾਪਰ ਰਿਹਾ ਆ। ਉਹ ਬੈਠੇ ਆਪਣੇ ਮੰਦਰਾਂ 'ਚ ਬੈਠੇ ਗੱਲਾਂ ਕਰੀ ਜਾਂਦੇ ਆ, ਉਹ ਆ ਕੇ ਇੱਥੇ ਆਪ ਬਹਿਣ,
बह के वेखन दुनिया नूं विचारन फिर पता लगे असी कित्थे खलोते आ। बड़ी वड्डी गल कही गई है जी, आजादी का संघर्ष लाई है, जो उस तो बाद जिन्नियां लड़ाइयां पाकिस्तान नाल होईयां चाइना नाल होईयां हुण भी चाइना बार्डर जां पाकिस्तान दे बढ़दे जिन्नियां शहीदियां होंदियां उहदे विचों जे कहीए ते 80-85% पंजाबी नौजवान अपनियां कुरबानियां दिंदे हन। साडे नाल जिहड़े माता जी उहनां वी इही गल कही कि पंजाबी कौम ने हमेशा कुरबानी कीती आ, अज असीं अपने हक्कां वास्ते बैठे हाँ अते हक लै के ही वापस उठांगे। वे इंडिया क्राइम न्यूज, जुल्म के खिलाफ जंग, आप देख रहे हैं इंडिया क्राइम न्यूज।